ਬੇਕਾਬੂ ਹੋਏ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਮੌਕੇ ਤੇ ਹੀ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋਈ ਹੈ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਫਿਰੋਜ਼ਪੁਰ ਦੇ ਵਿੱਚ ਦਿਨ ਚੜ੍ਹਦੇ ਹੀ ਰਾਜਸਥਾਨ ਤੋਂ ਆ ਰਹੇ ਇੱਕ ਟਰਾਲੇ ਨੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਬੱਸ ਅੱਡੇ ਦੇ ਬਾਹਰ ਚੌਂਕ ਤੇ ਇਹ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਮੌਤ ਹੋਈ ਉਸ ਦੀ ਪਛਾਣ ਵੇਦ ਪ੍ਰਕਾਸ਼ ਵਾਸੀ ਬੁੱਧਵਾਰਾ ਵਾਲਾ ਮਹੱਲਾ ਸਿਟੀ ਫਿਰੋਜ਼ਪੁਰ ਦੇ ਵਜੋਂ ਹੋਈ। ਪੁਲਿਸ ਦੇ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਤਾਂ ਦੱਸ ਦਈਏ ਕਿ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਦੇ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਦਰਦਨਾਕ ਮੌਤ ਹੋਈ ਹੈ। ਮੌਕੇ ਤੋਂ ਹੀ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਟਰਾਲੇ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਵੇਦ ਪ੍ਰਕਾਸ਼ ਗੁਪਤਾ ਦੀ ਮਤਲਬ ਐਕਸੀਡੈਂਟ ਹੋਇਆ ਹੈ ਫਿਰੋਜ਼ਪੁਰ ਕੈਂਟ ਰੈਲੋ ਬੁੱਧਵਾਰ ਵਾਲੇ ਮਿਲਦੇ ਆ। ਹੁਣ ਪੋਸਟਮਾਰਟਮ ਲਈ ਬੋਡੀ ਸ਼ਿਫਟ ਕੀਤੀ ਹੈ ਮੌਤ ਚੁੱਕੀ ਸੀ। ਮੈਡਮ ਕੀ ਨਾਮ ਆ ਬਤਾਈ? ਡਾਕਟਰ ਵਿਪਾਸ਼ਾ। ਮੇਰੇ ਕੋਲ ਕਿਸੇ ਦਾ ਫੋਨ ਆਇਆ ਸੀ ਕੈਂਟ ਤੋਂ। ਕਿੱਥੇ ਜਾ ਰਹੇ ਸੀ? ਉਹ ਕਿਸੇ ਦੇ ਘਰ ਜਾ ਰਹੇ ਸੀ, ਕਿਸੇ ਮਿਲਣ ਜਾ ਰਹੇ ਸੀ, ਕੈਂਟ ਜਾ ਰਹੇ ਸੀ। ਠੀਕ ਹੈ, ਕਿੰਨੇ ਵਜੇ ਦਾ ਸਮਾਂ ਸੀ? 7 ਵਜੇ। ਬੇਕਾਬੂ ਹੋਏ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਮੌਕੇ ਤੇ ਹੀ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋਈ ਹੈ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਫਿਰੋਜ਼ਪੁਰ ਦੇ ਵਿੱਚ ਦਿਨ ਚੜ੍ਹਦੇ ਹੀ ਰਾਜਸਥਾਨ ਤੋਂ ਆ ਰਹੇ ਇੱਕ ਟਰਾਲੇ ਨੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਬੱਸ ਅੱਡੇ ਦੇ ਬਾਹਰ ਚੌਂਕ ਤੇ ਇਹ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਮੌਤ ਹੋਈ ਉਸ ਦੀ ਪਛਾਣ ਵੇਦ ਪ੍ਰਕਾਸ਼ ਵਾਸੀ ਬੁੱਧਵਾਰਾ ਵਾਲਾ ਮਹੱਲਾ ਸਿਟੀ ਫਿਰੋਜ਼ਪੁਰ ਦੇ ਵਜੋਂ ਹੋਈ। ਪੁਲਿਸ ਦੇ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਤਾਂ ਦੱਸ ਦਈਏ ਕਿ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਦੇ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਦਰਦਨਾਕ ਮੌਤ ਹੋਈ ਹੈ। ਮੌਕੇ ਤੋਂ ਹੀ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਟਰਾਲੇ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਜੀ ਡੈਡ ਬੋਡੀ ਆਈ ਹੈ ਵੇਦ ਪ੍ਰਕਾਸ਼ ਗੁਪਤਾ ਦੀ, ਮਤਲਬ ਐਕਸੀਡੈਂਟ ਹੋਇਆ ਹੈ ਫਿਰੋਜ਼ਪੁਰ ਕੈਂਟ ਰੈਲੋ ਬੁੱਧਵਾਰ ਵਾਲੇ ਮਿਲਦੇ ਆ। ਹੁਣ ਪੋਸਟਮਾਰਟਮ ਲਈ ਬੋਡੀ ਸ਼ਿਫਟ ਕੀਤੀ ਹੈ ਮੌਤ ਚੁੱਕੀ ਸੀ। ਮੈਡਮ ਕੀ ਨਾਮ ਆ ਬਤਾਈ? ਡਾਕਟਰ ਵਿਪਾਸ਼ਾ। ਮੇਰੇ ਕੋਲ ਕਿਸੇ ਦਾ ਫੋਨ ਆਇਆ ਸੀ ਕੈਂਟ ਤੋਂ। ਕਿੱਥੇ ਜਾ ਰਹੇ ਸੀ? ਉਹ ਕਿਸੇ ਦੇ ਘਰ ਜਾ ਰਹੇ ਸੀ, ਕਿਸੇ ਮਿਲਣ ਜਾ ਰਹੇ ਸੀ, ਕੈਂਟ ਜਾ ਰਹੇ ਸੀ। ਠੀਕ ਹੈ, ਕਿੰਨੇ ਵਜੇ ਦਾ ਸਮਾਂ ਸੀ? 7 ਵਜੇ ਦਾ। ਬੇਕਾਬੂ ਹੋਏ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਮੌਕੇ ਤੇ ਹੀ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋਈ ਹੈ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਫਿਰੋਜ਼ਪੁਰ ਦੇ ਵਿੱਚ ਦਿਨ ਚੜ੍ਹਦੇ ਹੀ ਰਾਜਸਥਾਨ ਤੋਂ ਆ ਰਹੇ ਇੱਕ ਟਰਾਲੇ ਨੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਬੱਸ ਅੱਡੇ ਦੇ ਬਾਹਰ ਚੌਂਕ ਤੇ ਇਹ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਮੌਤ ਹੋਈ ਉਸ ਦੀ ਪਛਾਣ ਵੇਦ ਪ੍ਰਕਾਸ਼ ਵਾਸੀ ਬੁੱਧਵਾਰਾ ਵਾਲਾ ਮਹੱਲਾ ਸਿਟੀ ਫਿਰੋਜ਼ਪੁਰ ਦੇ ਵਜੋਂ ਹੋਈ। ਪੁਲਿਸ ਦੇ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਤਾਂ ਦੱਸ ਦਈਏ ਕਿ ਟਰਾਲੇ ਦੇ ਵੱਲੋਂ ਐਕਟਿਵਾ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਦੇ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਦਰਦਨਾਕ ਮੌਤ ਹੋਈ ਹੈ। ਮੌਕੇ ਤੋਂ ਹੀ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਟਰਾਲੇ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਜੀ ਡੈਡ ਬੋਡੀ ਆਈ ਹੈ ਵੇਦ ਪ੍ਰਕਾਸ਼ ਗੁਪਤਾ ਦੀ,
ਮਤਲਬ ਐਕਸੀਡੈਂਟ ਹੋਇਆ ਹੈ ਫਿਰੋਜ਼ਪੁਰ ਕੈਂਟ, ਰੈਲੋ ਗੁਰਦੁਆਰਾ ਵਾਲੇ ਮਿਲ ਰਹੇ ਹੈ। ਹੁਣ ਪੋਸਟਮਾਰਟਮ ਲਈ ਬੋਡੀ ਸ਼ਿਫਟ ਕੀਤੀ ਹੈ ਮੋਰਚੇ ਵਿੱਚ। ਮੈਡਮ ਕੀ ਨਾਮ ਹੈ ਬਤਾਈ? ਡਾਕਟਰ ਵਿਪਾਸ਼ਾ। ਮੇਰੇ ਕੋਲ ਕਿਸੇ ਦਾ ਫੋਨ ਆਇਆ ਸੀ ਕੈਂਟ ਤੋਂ। ਕਿੱਥੇ ਜਾ ਰਹੇ ਸੀ? ਉਹ ਕਿਸੇ ਦੇ ਘਰ ਜਾ ਰਹੇ ਸੀ, ਕਿਸਨ ਮਿਲਣ ਜਾ ਰਹੇ ਸੀ, ਕੈਂਟ ਜਾ ਰਹੇ ਸੀ। ਠੀਕ ਹੈ, ਕਿੰਨੇ ਵਜੇ ਦਾ ਸਮਾਂ ਸੀ ਜੀ? 7 ਵਜੇ ਦਾ।